ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਪਹਿਲੀ ਵਾਰ ਸ਼ਨੀਵਾਰ ਨੂੰ ਨਵੀਂ ਵਰਦੀ ਨਾਲ ਫੋਟੋਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ, ਜਿਸ 'ਚ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਮੁਹੰਮਦ ਸ਼ਮੀ ਸਮੇਤ ਕਈ ਖਿਡਾਰੀ ਨਵੀਂ ਵਰਦੀ 'ਚ ਦਿਖਾਈ ਦਿੱਤੇ। ਇਸ ਵਰਦੀ ਨੂੰ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਇਹ ਵਰਦੀ ਯੁਵਾ ਪੀੜ੍ਹੀ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਈਨ ਕੀਤੀ ਗਈ ਹੈ। ਦੱਸ ਦਈਏ ਕਿ 30 ਜੂਨ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਮੈਚ ਹੋਣ ਵਾਲਾ ਤੇ ICC ਦੇ ਨਿਯਮਾਂ ਮੁਤਾਬਿਕ ਲਾਈਵ ਮੈਚ ਦੋਵੇਂ ਟੀਮਾਂ ਇੱਕੋ ਜਿਹੀ ਰੰਗ ਦੀਆਂ ਵਰਦੀਆਂ ਪਾ ਕੇ ਮੈਦਾਨ 'ਚ ਨਹੀਂ ਉਤਰ ਸਕਦੀਆਂ, ਜਿਸ ਕਾਰਨ ਭਾਰਤੀ ਟੀਮ ਵੱਲੋਂ ਆਪਣੀ ਵਰਦੀ ਦਾ ਰੰਗ ਬਦਲਿਆ ਗਿਆ ਤੇ ਹੁਣ ਭਾਰਤੀ ਖਿਡਾਰੀ ਨਵੀਂ ਵਰਦੀ 'ਚ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਖੇਡਦੇ ਦਿਖਾਈ ਦੇਣਗੇ। ਰਿਪੋਰਟ, ਦੈਨਿਕ ਸਵੇਰਾ ਟੀਵੀ।